ਸਤਿ ਸ਼੍ਰੀ ਅਕਾਲ ਜੀ, ਹੈਲੋ ਐਵਰੀਵਨ, ਹਾਊ ਆਰ ਯੂ? ਕੱਲ੍ਹ ਠੀਕ ਠਾਕ ਹੋ? ਅੱਜ ਆਪਾਂ ਤੇਰੇ ਮੋਰਨਿੰਗ ਇੱਕ ਵੀਡੀਓ ਪਾਈ ਸੀ ਅਤੇ ਕਾਫੀ ਲੋਕਾਂ ਨੇ ਕਮੈਂਟ ਵਗੈਰਾ ਕੀਤੇ ਆ, ਤੁਹਾਡਾ ਸਾਰਿਆਂ ਦਾ ਧੰਨਵਾਦ। ਜਿੰਨੇ ਵੀ ਸੱਜਣਾ ਮਿੱਤਰਾਂ ਨੇ ਦੋਸਤਾਂ ਨੇ ਕਮੈਂਟ ਕੀਤੇ ਆ, ਅਤੇ ਲਗਾਤਾਰ 3-4 ਦਿਨ ਹੋ ਗਏ ਆਪਾਂ ਵੀਡੀਓ ਵਗੈਰਾ ਅਪਲੋਡ ਕਰ ਰਹੇ ਹਾਂ, ਵਲੌਗ ਪਾ ਰਹੇ ਹਾਂ ਰੋਜ਼ ਆਪਾਂ, ਅਤੇ ਬਹੁਤ ਬਹੁਤ ਲੋਕ ਪਿਆਰ ਦੇ ਰਹੇ ਆ। ਇੱਥੇ ਪਿਆਰ ਦਿੰਦੇ ਰਹੋ ਆਪਣੇ ਚੈਨਲ ਭੰਗੂ ਕ੍ਰਿਕਟ ਨੂੰ। ਆਪਣੇ ਚੈਨਲ ਦਾ ਨਾਂ ਹੈਗਾ ਭੰਗੂ ਕ੍ਰਿਕਟ, ਕਿਉਂਕਿ ਕ੍ਰਿਕਟ ਦੇ ਨਾਲ ਰਿਲੇਟਡ ਸੀਗਾ। ਆਪਾਂ ਕਾਫੀ ਵੀਡੀਓ ਕ੍ਰਿਕਟ ਦੇ ਉੱਪਰ ਪਾਈਆਂ ਅਤੇ ਕ੍ਰਿਕਟ ਦੀ ਆਪਾਂ ਨੂੰ ਨੌਲੇਜ ਆ, ਆਪਾਂ ਖੇਡੀ ਆ ਕਾਫੀ ਦੇਰ ਕ੍ਰਿਕਟ, ਅਤੇ ਚੈਨਲ ਬਣਾਇਆ ਸੀ। ਬਟ ਕਾਫੀ ਸੱਜਣ ਮਿੱਤਰਾਂ ਦੀ ਡਿਮਾਂਡ ਸੀ ਵੀ ਤੁਸੀਂ ਵਲੌਗ ਵਗੈਰਾ ਕੋਈ ਘੁੰਮਣ ਫਿਰਨੇ ਵਾਲੇ ਜਾਂ ਕਿਤੇ ਕੋਈ ਵਕੇਸ਼ਨ ਵਗੈਰਾ 'ਤੇ ਜਾਂਦੇ ਹਾਂ ਜਾਂ ਕੁਛ ਵੀ ਇੱਧਰ ਪਾਓ ਵਲੌਗ ਵਗੈਰਾ, ਅਤੇ ਵਲੌਗ ਵਗੈਰਾ ਪਾਉਣੇ ਸ਼ੁਰੂ ਕੀਤੇ ਆ ਅਤੇ ਕਾਫੀ ਵਧੀਆ ਰਿਸਪੋਂਸ ਮਿਲਿਆ ਤੁਹਾਡਾ ਸਾਰੇ ਸੱਜਣਾ ਮਿੱਤਰਾਂ ਦਾ, ਅਤੇ ਕਾਫੀ ਸੱਜਣ ਦੇਖ ਰਹੇ ਵੀਡੀਓ ਨੂੰ। ਅਤੇ ਇੱਦਾਂ ਹੀ ਆਪਣਾ ਪਿਆਰ ਬਣਾ ਕੇ ਰੱਖੋ, ਤੁਹਾਡੇ ਪਿਆਰ ਦੀ ਬਹੁਤ ਜ਼ਿਆਦਾ ਲੋੜ ਆ ਸਾਨੂੰ। ਅਤੇ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਮਤਪੁਰ ਸਾਹਿਬ, ਜੋ ਕਿ ਜਲੰਧਰ ਤੋਂ ਭੋਗਪੁਰ ਤੋਂ ਜਲੰਧਰ ਰੋਡ ਦੇ ਉੱਪਰ ਸਥਿਤ ਹੈ, ਅਤੇ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਾਂਗੇ ਅਤੇ ਵਿਸ਼ਸ ਮੰਗਾਂਗੇ। ਪਰਮਾਤਮਾ ਸਾਡੀਆਂ ਜੋ ਵੀ ਮੰਗਾਂ ਆ ਉਹ ਪੂਰੀਆਂ ਹੋ ਜਾਣ, ਅਤੇ ਸਾਰੀ ਦੁਨੀਆ ਦੇ ਵਿੱਚ ਜਿੰਨੀ ਜਨਤਾ ਵੱਸਦੀ ਆ ਉਹ ਖੁਸ਼ ਅਤੇ ਆਵਾਜ਼ ਰਵੇ, ਇਹੀ ਦੁਆ ਕਰਾਂਗੇ ਕਿ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ, ਅਤੇ ਇਹੀ ਮੇਰੀਆਂ ਵਿਸ਼ਸ ਆ। ਅਤੇ ਵਧੀਆ ਵੀਡੀਓ ਬਹੁਤ ਵਧੀਆ ਮਿਲ ਰਿਹਾ, ਥੈਂਕ ਯੂ ਸਾਰਾ ਧੰਨਵਾਦ। ਬਾਕੀ ਆਓ ਚੱਲਦੇ ਆਪਾਂ ਗੁਰਦੁਆਰਾ ਸਾਹਿਬ, ਉੱਥੇ ਜਾ ਕੇ ਆਪਾਂ ਵੀਡੀਓ ਵਗੈਰਾ ਪਾਵਾਂਗੇ, ਸ਼ੇਅਰ ਕਰਦੇ ਰਹੋ। ਥੈਂਕ ਯੂ ਸਰ। ਮੈਨੂੰ ਵੀ ਇਕੱਲੇ ਮਿੱਠੇ ਵਾਲੇ ਦੇਖੋ ਨਹੀਂ।